ਹੁਣ ਦਾ ਮੁੱਦਾ ਭਾਈ ਰਣਜੀਤ ਸਿੰਘ ਢਿੱਡਰੀਆਂ ਵਾਲੇ ਉਹਨਾਂ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਬਾਰੇ ਦੱਸਿਆ ਕਿ ਉਹਨਾਂ ਨੇ ਭੂਰੇ ਵਿੱਚ ਰਹਿ ਕੇ ਬਹਿ ਕੇ ਤਪੱਸਿਆ ਨਹੀਂ ਕੀਤੀ ਸਗੋਂ ਗੁਰਮਤਿ ਦਾ ਪ੍ਰਚਾਰ ਕਰਦੇ ਆ ਇਹ ਸਾਰਾ ਕੁਝ ਕੀਤਾ ਸੀ ਉਹਦੇ ਤੇ ਜੋ ਰਿਐਕਸ਼ਨ ਆਇਆ ਵਾ ਉਹ ਰਿਐਕਸ਼ਨ ਸਿੱਖਾਂ ਦੀ ਆਪਸੀ ਖਾਨਾ ਜੰਗੀ ਦਾ ਜਿਹੜਾ ਮੰਨ ਲਓ ਵੀ ਹੋ ਸਕਦੀ ਆ ਉਸ ਰਿਐਕਸ਼ਨ ਦੇ ਵਿੱਚ ਸਿੱਖਾਂ ਨੂੰ ਫਾਇਦਾ ਕੋਈ ਨਹੀਂ ਹੋਊਗਾ ਸਿੱਖਾਂ ਨੂੰ ਇਹਦਾ ਕੋਈ ਖੱਟੀ ਨਹੀਂ ਹੋ ਸਕਦੀ ਭਾਈ ਅਮਰੀਕ ਸਿੰਘ ਜਨਾਲਾ ਜਿਨ੍ਹਾਂ ਨੂੰ ਕਹਿ ਲੋ ਵੀ 10 ਲੱਖ ਦੇ ਸਿੱਖ ਇਕੱਠ ਨੇ ਸਰਬੱਤ ਖਾਲਸਾ ਵੇਲੇ ਕੌਮ ਦਾ ਜਥੇਦਾਰ ਬਣਾਇਆ ਐਜ਼ ਇਹ ਜਥੇਦਾਰ ਉਹਨਾਂ ਦੀ ਇਸ ਤਰੀਕੇ ਨਾਲ ਉੱਥੇ ਜਾ ਕੇ ਸੰਗਤ ਨਾਲ ਲਿਜਾ ਕੇ ਆਪਣੇ ਸਮਰਥਕ ਨਾਲ ਲਿਜਾ ਕੇ ਭਾਈ ਰਣਜੀਤ ਸਿੰਘ ਦਾ ਵਿਰੋਧ ਕਰਨਾ ਜਾਂ ਉਹਨਾਂ ਨਾਲ ਜੋ ਵੀ ਇਹ ਆਪਸ ਦੇ ਵਿੱਚ ਫੇਸਬੁਕ ਉੱਤੇ ਖਾਸ ਕਰਕੇ ਜਿਹੜੀ ਆਪਸੀ ਜੰਗ ਚੱਲ ਰਹੀ ਆ ਇੱਕ ਦੂਜੇ ਦੇ ਜਿਹੜੇ ਸਮਰਥਕ ਆ ਉਹ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਇੱਕ ਦੂਜੇ ਦੇ ਖਿਲਾਫ ਮੰਦ ਭਾਸ਼ਾ ਵਰਤ ਰਹੇ ਆ ਮਤਲਬ ਦੁਸ਼ਮਣ ਨੂੰ ਫਾਇਦਾ ਹੀ ਹੋ ਰਿਹਾ ਪਰ ਕੌਮ ਘਟੇ ਜਾ ਰਹੀ ਆ ਘਾਟੇ 'ਚ ਨਿਕਲਣਾ ਕਿਵੇਂ ਆ ਇਹਦੇ ਬਾਰੇ ਕੋਈ ਨਹੀਂ ਸੋਚਦਾ ਸਿਰਫ ਇਹ ਸੋਚ ਰਿਹਾ ਵੀ ਸਾਡੀ ਸੰਸਥਾ ਨੂੰ ਜਾਂ ਸਾਡੀ ਜਥੇਬੰਦੀ ਦੇ ਖਿਲਾਫ ਬੋਲੇ ਜਾਂ ਕੁਝ ਵੀ ਹੋਇਆ ਵਾ ਇਹਦੇ ਵਿੱਚ ਅਸੀਂ ਸਿਰਫ ਅਗਲੇ ਦਾ ਵਿਰੋਧ ਕਰਨਾ ਵਾ ਤਾਂ ਕਿ ਸਾਨੂੰ ਸਾਡੀ ਜਥੇਬੰਦੀ ਨੂੰ ਫਾਇਦਾ ਹੋ ਸਕੇ ਸੋਚਣ ਵਾਲੀ ਗੱਲ ਆ ਕਿ ਐਜ਼ ਜਥੇਦਾਰ ਭਾਈ ਅਮਰੀਕ ਸਿੰਘ ਦਾ ਇਹ ਜਿਹੜੀ ਵੀ ਕਾਰਵਾਈ ਉਹਨਾਂ ਨੇ ਬਾਕੀ ਸਿੰਘਾਂ ਨੂੰ ਨਾਲ ਲੈ ਕੇ ਜੋ ਵੀ ਕੀਤਾ ਵਾ ਉਹ ਸਹੀ ਆ ਵਾਜਿਬਾ ਕਿ ਨਹੀਂ ਕਿਉਂਕਿ ਹੋਣਾ ਤਾਂ ਇਹ ਚਾਹੀਦਾ ਸੀ ਵੀ ਜਥੇਦਾਰ ਵਜੋਂ ਜਿਹੜੀ ਸੰਗਤ ਨੇ ਤੁਹਾਨੂੰ ਸੇਵਾ ਬਖਸ਼ੀ ਆ ਤੁਸੀਂ ਉਸ ਸੇਵਾ ਨੂੰ ਸਹੀ ਤਰੀਕੇ ਨਾਲ ਲਗਾਉਂਦੇ ਜੇ ਮੰਨ ਲਓ ਵੀ ਭਾਈ ਰਣਜੀਤ ਸਿੰਘ ਨੇ ਕੋਈ ਵੀ ਗੱਲ ਇਹੋ ਜੀ ਕੀਤੀ ਆ ਜਾਂ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਇਤਿਹਾਸ ਤੋਂ ਪਰੇ ਦੀ ਗੱਲ ਕੀਤੀ ਆ ਜਾਂ ਕੁਝ ਅਜੀਹਾ ਬੋਲਿਆ ਤਾਂ ਤੁਹਾਡਾ ਫਰਜ਼ ਬਣਦਾ ਹੀ ਜਥੇਦਾਰ ਵੱਜੋਂ ਵੀ ਇੱਕ ਜਥੇਬੰਦੀ ਦੇ ਮੁਖ ਸੇਵਾਦਾਰ ਵੱਜੋਂ ਵੀ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਪਹਿਲੀ ਗੱਲ ਗੱਲਬਾਤ ਕਰਦੇ ਕਿ ਹਾਂ ਇਹ ਗੱਲਬਾਤ ਜਿਹੜੀ ਆ ਤੁਸੀਂ ਕਿਵੇਂ ਕਹੀ ਆ ਜਾਂ ਕੀ ਤੁਹਾਡੇ ਸੋਰਸ ਨੇ ਜਾਂ ਕੀ ਸੀਗਾ ਪਰ ਡਾਇਰੈਕਟ ਜਾ ਕੇ ਆਪਸੀ ਖਾਨਾ ਜੰਗੀ ਦਾ ਇਹੜਾ ਮਾਹੌਲ ਬਣਾਉਣਾ ਮਤਲਬ ਕਿਸੇ ਵੀ ਪਾਸਿਓਂ ਮਤਲਬ ਕੋਈ ਆਮ ਸਿੱਖ ਜਿਹੜਾ ਤਾਂ ਜਾਗਰੂਕ ਆਉ ਉਹ ਚਲੋ ਸੋਚੂਗਾ ਜਿਹੜਾ ਆਮ ਸਿੱਖ ਆ ਉਹ ਵੀ ਇਹ ਸੋਚੂਗਾ ਕਿ ਐਜ਼ ਇਹ ਜਥੇਦਾਰ ਤੁਹਾਨੂੰ ਇਹ ਜਿਹੜੀ ਕਾਰਵਾਈ ਆ ਉਹ ਕਰਨੀ ਨਹੀਂ ਚਾਹੀਦੀ ਸੀ ਪਰ ਜੇ ਹੋਇਆ ਵਾ ਤਾਂ ਕਿਉਂ ਹੋਇਆ ਵਾ ਮਤਲਬ ਕਿ ਸਿਰਫ ਇਹੀ ਆ ਵੀ ਉਹਨਾਂ ਨੇ ਉਹ ਬੋਲਤਾ ਜੋ ਤੁਹਾਨੂੰ ਨਹੀਂ ਜੱਜਦਾ ਸੀ ਜਾਂ ਤੁਸੀਂ ਉਹ ਕਰਦੇ ਆ ਜੋ ਉਹਨਾਂ ਦੇ ਉਹਨਾਂ ਨੂੰ ਜਾਂ ਜਿਹੜੇ ਉਹਨਾਂ ਦੇ ਸਮਰਥਕ ਆ ਉਹਨਾਂ ਨੂੰ ਸਹੀ ਨਹੀਂ ਲੱਗਦਾ ਮਤਲਬ ਅਸੀਂ ਸੁਲਝਾਉਣ ਵਾਲੇ ਪਾਸੇ ਨਹੀਂ ਜਾਣਾ ਅਸੀਂ ਉਲਝਣ ਵਾਲੇ ਪਾਸੇ ਜਾਣਾ ਕੌਮ ਨੂੰ ਕਨਫਿਊਜ਼ਨਸ ਦੇਣੀਆਂ ਵਾ ਸੋਲੂਸ਼ਨ ਨਹੀਂ ਦੇਣੇ ਕਰੋਨ ਤੱਕ ਇਦਾਂ ਹੁੰਦਾ ਰਹੂਗਾ ਕਦੋਂ ਤੱਕ ਕੌਮ ਆਪਸੀ جنگ ਦਾ ਜਿਹੜਾ ਵਾ ਇਹ ਪਾ ਰਿਆ ਜਾਂ ਇਹ ਜਿਹੜਾ ਦੁੱਖ ਆ ਉਹ ਸੰਦੀ ਰਹੂਗੀ ਸਮਾਂ ਦੱਸੂਗਾ ਕੀ ਬਣਦਾ ਜਾਂ ਕੀ ਇਹਦੇ ਵਿੱਚ ਸਾਹਮਣੇ ਆਉਂਦਾ ਪਰ ਹਾਲ ਦੀ ਘੜੀ ਜਿਹੜਾ ਇਹ ਮਸਲਾ ਵਾ ਇਹਨੂੰ ਬਹਿ ਕੇ ਵਿਚਾਰ ਕੇ ਇਹਨੂੰ ਇਹਦਾ ਹੱਲ ਕਰਨ ਦੀ ਲੋੜ ਆ ਨਾ ਕਿ ਇਸ ਤਰ੍ਹਾਂ ਹੁੱਲੜ ਬਾਜੀ ਕਰਕੇ ਜਾਂ ਆਪਣੇ ਸਮਰਥਕ ਨਾਲ ਲਾ ਜਾ ਕੇ ਜਾਂ ਆਪਣੇ ਆਪ ਦੀ ਜਥੇਬੰਦੀ ਨੂੰ ਮਤਲਬ ਕਿ ਜਿਆਦਾ ਉੱਪਰ ਰੱਖ ਕੇ ਦੂਜੇ ਦੇ ਧੌਂਸ ਜਮਾ ਕੇ ਇਸ ਈ ਨੂੰ ਕੌਮ ਦੇ ਵਿੱਚ ਦੁਫਾੜ ਪਾਉਣ ਦੀਆਂ ਗੱਲਾਂ ਕਰਨੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਸੋਚਣੀਆਂ ਚਾਹੀਦੀਆਂ ਵਾ ਟਕਸਾਲ ਦੇ ਮੁੱਖ ਸੇਵਾਦਾਰ ਹੋਣ ਵਜੋਂ ਵੀ ਤੇ ਐਜ਼ ਏ ਜਥੇਦਾਰ ਵੀ ਕਿਉਂਕਿ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਹੁਣ ਮੈਂ ਪੱਖ ਲੈ ਰਿਹਾ ਭਾਈ ਰਣਜੀਤ ਸਿੰਘ ਦਾ ਜਾਂ ਕਿਵੇਂ ਕਿਉਂਕਿ ਸਿੱਖ ਜਿਹੜਾ ਵਾ ਉਹ ਸਿੱਖ ਦੇ ਨਾਲ ਗੱਲਬਾਤ ਨਾਲ ਗੱਲ ਕਰਦਾ ਵਾ ਲੜ ਕੇ ਜਾਂ ਬੋਲਕ-ਬੋਲ ਬੋਦ ਕੇ ਜਾਂ ਆਪਸੀ ਦੂਸ਼ਣਵਾਦੀਆਂ ਲਾ ਕੇ ਮਤਲਬ ਕਿ ਇਹ ਚੀਜ਼ਾਂ ਜੜੀਆਂ ਹੋ ਨਹੀਂ ਹੁੰਦੀਆਂ ਅਸੀਂ ਕੌਮ ਨੂੰ ਸਹੀ ਸੇਧ ਦੇਣੀ ਆ ਜਥੇਦਾਰ ਵੱਜੋਂ ਵੀ ਤੇ ਇੱਕ ਜਥੇਬੰਦੀ ਦੇ ਮੁੱਖ ਸੇਵਾਦਾਰ ਵੱਜੋਂ ਵੀ ਠੀਕ ਹੈ ਨਾ ਤੇ ਮਤਲਬ ਕਿ ਦਾਸ ਦੀ ਕੋਈ ਐਨੀ ਹੈ ਨਹੀਂ ਹਸਤੀ ਵੀ ਕਿਸੇ ਨੂੰ ਸਲਾਹ ਦੇਵੇ ਜਾਂ ਕਿਉਂਕਿ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜਨਾਲਾ ਬਹੁਤ ਸਤਕਾਰਯੋਗ ਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਤਕਾਰਯੋਗ ਆ ਸੋ ਸਾਡਾ ਫਰਜ਼ ਇਹ ਬਣਦਾ ਕਿ ਜੇ ਸਾਨੂੰ ਕੌਮ ਨੇ ਮਾਣ ਬਖਸ਼ਿਆ ਵਾ ਤਾਂ ਅਸੀਂ ਕੌਮ ਨੂੰ ਸਹੀ ਪਾਸੇ ਲਿਜਾਈਏ ਕੌਮ ਨੂੰ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਕਰੀਏ ਗੁਰੂ ਗ੍ਰੰਥ ਸਾਹਿਬ ਮਾਰਾ ਦੇ ਲੜ ਲਾਈਏ ਆਪਸੀ ਦੂਸ਼ਣਵਾਦੀਆਂ ਆਪਸੀ ਬੋਲ ਕਬੋਲ ਆਪਸੀ ਲੜਾਈਆਂ ਆਪਸੀ ਖਾਨਾ ਜੰਗੀਆਂ ਤੋਂ ਦੂਰ ਰਹਿ ਕੇ ਕੌਮ ਨੂੰ ਸਹੀ ਨਿਸ਼ਾਨੇ ਵੱਲ ਲੈ ਕੇ ਜਾਈਏ ਤੇ ਕੌਮ ਨੂੰ ਜਿਹੜਾ ਨਵਾਂ ਸੂਰਜ ਦਈਏ ਕਿ ਕੌਮ ਸਹੀ ਪਾਸੇ ਜਾ ਕੇ ਆਪਣੇ ਕੌਮੀ ਘਰਲੇ ਲਈ ਵਰਕ ਕਰੇ ਆਪਣੇ ਨਿਸ਼ਾਨੇਆਂ ਲਈ ਵਰਕ ਕਰੇ ਆਪਣਾ ਇਤਿਹਾਸ ਜਿਹੜਾ ਉਹਨੂੰ ਸਾंभੇ ਇਸ ਤਰ੍ਹਾਂ ਤਾਂ ਕੋਈ ਵੀ ਪ੍ਰਾਪਤੀ ਨਹੀਂ ਹੋਊਗੀ ਪਰ ਜਿਹੜੇ